ਪੈਸਾ ਅੱਜ ਦੇ ਇਸ ਪਦਾਰਥਵਾਦੀ ਸਮਾਜ ਦੀ ਉਪਜ ਨਹੀਂ, ਬਲਕਿ ਇਹ ਤਾਂ ਸਦੀਆਂ ਤੋਂ ਹੀ ਮਨੁੱਖੀ ਲੋੜਾਂ ਦਾ ਹਿੱਸਾ ਰਿਹਾ ਹੈ। ਭਾਰਤ ਵਿੱਚ ਪਹਿਲਾਂ ਰਾਜਿਆਂ ਮਹਾਰਾਜਿਆਂ ਦੇ ਸਮੇਂ ਸੋਨੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਜਾਂਦੇ ਸਨ। ਵਕਤ ਬਦਲਣ ਦੇ ਨਾਲ ਨਾਲ ਸਿੱਕਿਆਂ ਦੀ ਰੂਪਰੇਖਾ ਵੀ ਬਦਲਦੀ ਰਹੀ ਤੇ ਫਿਰ ਇਹਨਾਂ ਸਿੱਕਿਆਂ ਦੀ ਥਾਂ ਸ਼ੁਰੂ ਹੋਏ ਕਾਗਜ਼ੀ ਨੋਟ। ਭਾਰਤ ਵਿੱਚ ਇਹਨਾਂ ਕਾਗਜ਼ੀ ਨੋਟਾਂ ਦੀ ਸ਼ੁਰੂਆਤ 18ਵੀਂ ਸਦੀ ਵਿੱਚ ਬਰਤਾਨਵੀ ਵਪਾਰਕ ਕੰਪਨੀਆਂ ਦੁਆਰਾ ਕਲਕੱਤਾ ਵਿੱਚ ਬੈਂਕ ਆਫ ਹਿੰਦੁਸਤਾਨ ਸਥਾਪਿਤ ਕਰਨ ਨਾਲ ਹੋਈ। ਬਰਤਾਨਵੀ ਵਪਾਰੀਆਂ ਨੇ ਜਦੋਂ ਹਿੰਦੁਸਤਾਨ ਵਿੱਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੇ ਇੱਥੇ ਸਿੱਕੇ ਬੰਦ ਕਰ ਨੋਟ ਚਾਲੂ ਕੀਤੇ, ਕਿਉਂਕਿ ਉਹਨਾਂ ਨੂੰ ਵਪਾਰ ਕਰਨ ਵਿੱਚ ਕਾਫ਼ੀ ਪਰੇਸ਼ਾਨੀ ਆ ਰਹੀ ਸੀ। ਇਸ ਤਰ੍ਹਾਂ ਜਦੋਂ ਕਾਗਜ਼ੀ ਨੋਟਾਂ ਦਾ ਆਦਾਨ ਪ੍ਰਦਾਨ ਹੋਣ ਲੱਗਾ ਤਾਂ ਇਹ ਹੌਲੀ ਹੌਲੀ ਪੂਰੇ ਭਾਰਤ ਵਿੱਚ ਫੈਲ ਗਏ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੰਬੇ, ਬੰਗਾਲ ਅਤੇ ਮਦਰਾਸ ਵਿੱਚ ਆਪਣਾ ਪਸਾਰਾ ਕੀਤਾ ਅਤੇ ਉਹਨਾਂ ਨੇ ਇੱਥੇ ਬੈਂਕ ਆਫ ਬੰਗਾਲ ਦੀ ਸਥਾਪਨਾ ਕੀਤੀ। ਸ਼ੁਰੂ ਵਿੱਚ ਜਿਹੜੇ ਕਾਗਜ਼ੀ ਨੋਟ ਸ਼ੁਰੂ ਹੋਏ ਉਹ ਸਨ 10 ਰੁਪਏ, 20 ਰੁਪਏ, 50 ਰੁਪਏ, 100 ਰੁਪਏ ਅਤੇ 1000 ਰੁਪਏ। ਇਹਨਾਂ ਨੋਟਾਂ ਉੱਤੇ ਰਾਣੀ ਵਿਕਟੋਰੀਆ ਦੀ ਫੋਟੋ ਛਾਪੀ ਗਈ। ਉਸ ਸਮੇਂ ਦੀਆਂ ਹੋਰ ਬਸਤੀਵਾਦੀ ਸਰਕਾਰਾਂ ਨੇ ਵੀ ਆਪਣੇ ਨੋਟ ਛਾਪੇ। ਸਨ 1890 ਦੇ ਅਖੀਰ ਵਿੱਚ ਫਰਾਂਸ ਨੇ ਇੱਥੇ ਆਪਣੇ ਨੋਟ ਜਾਰੀ ਕੀਤੇ, ਜਿਨ੍ਹਾਂ ਨੂੰ ਰੂਪੀ ਕਿਹਾ ਜਾਂਦਾ ਸੀ। ਇਹ ਨੋਟ ਸਨ 1954 ਤੱਕ ਹੋਂਦ ਵਿੱਚ ਰਹੇ। ਇਸ ਤੋਂ ਇਲਾਵਾ ਸਨ 1883 ਵਿੱਚ ਪੁਰਤਗਾਲੀਆਂ ਨੇ ਆਪਣੇ ਰੂਪੀਆ ਨਾਂ ਦੇ ਨੋਟ ਜਾਰੀ ਕੀਤੇ, ਜੋ ਕਿ ਸਨ 1961 ਤੱਕ ਚੱਲਦੇ ਰਹੇ। ਸਨ 1923 ਵਿੱਚ ਸ਼ੁਰੂ ਕੀਤੇ ਗਏ ਨੋਟਾਂ ਉੱਤੇ ਅੰਗਰੇਜ਼ ਆਪਣੇ ਰਾਜਿਆਂ ਦੀਆਂ ਤਸਵੀਰਾਂ ਵੀ ਛਾਪਣ ਲੱਗੇ। ਇਹ ਸਾਰੇ ਨੋਟ ਬੈਂਕ ਆਫ ਇੰਗਲੈਂਡ ਦੁਆਰਾ ਛਾਪੇ ਜਾਂਦੇ ਸਨ। ਸੰਨ 1928 ਵਿੱਚ ਨਾਸਿਕ ਵਿਖੇ ਭਾਰਤ ਦੀ ਪਹਿਲੀ ਕਰੰਸੀ ਛਾਪਣ ਵਾਲੀ ਪ੍ਰਿੰਟਿੰਗ ਪ੍ਰੈਸ ਸਥਾਪਿਤ ਕੀਤੀ ਗਈ। ਇਸ ਪ੍ਰਿੰਟਿੰਗ ਪ੍ਰੈਸ ਨੇ ਨੋਟ ਛਾਪਣ ਦਾ ਕੰਮ ਆਪਣੀ ਸਥਾਪਨਾ ਤੋਂ 4 ਸਾਲ ਬਾਅਦ ਸ਼ੁਰੂ ਕੀਤਾ। ਫਿਰ ਸੰਨ 1935 ਵਿੱਚ ਨੋਟ ਛਾਪਣ ਦਾ ਕੰਮ RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਸੌਂਪ ਦਿੱਤਾ ਗਿਆ। RBI ਨੇ ਕਾਫ਼ੀ ਸਮੇਂ ਬਾਅਦ ਨੋਟ ਛਾਪਣ ਦਾ ਕੰਮ ਸ਼ੁਰੂ ਕੀਤਾ। ਭਾਰਤ ਵਿੱਚ ਅਰਥ ਵਿਵਸਥਾ ਨੂੰ ਸੁਧਾਰਨ ਤੇ ਕਾਲੇ ਧਨ ਉੱਤੇ ਕਾਬੂ ਪਾਉਣ ਲਈ ਸਮੇਂ ਸਮੇਂ ਉੱਤੇ 3 ਵਾਰ ਨੋਟਬੰਦੀ ਕੀਤੀ ਗਈ। ਸਭ ਤੋਂ ਪਹਿਲਾਂ 11 ਜਨਵਰੀ ਸੰਨ 1946 ਵਿੱਚ ਅੰਗਰੇਜ਼ ਸਰਕਾਰ ਨੇ 1000 ਤੇ 10000 ਦੇ ਨੋਟ ਬੰਦ ਕਰ ਨੋਟਬੰਦੀ ਕੀਤੀ। ਨੋਟ ਬੰਦ ਕਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਆਖਿਰ ਇਹ ਨੋਟਬੰਦੀ ਹੈ ਕਿਸ ਬਲਾ ਦਾ ਨਾਂ। ਫਿਰ ਲੋਕਾਂ ਨੂੰ ਸਮਝਾਇਆ ਗਿਆ ਕਿ ਅਰਥ ਵਿਵਸਥਾ ਨੂੰ ਸੁਧਾਰਨ ਲਈ ਪੁਰਾਣੇ ਨੋਟਾਂ ਦੀ ਥਾਂ ਨਵੇਂ ਨੋਟ ਚਾਲੂ ਕੀਤੇ ਜਾ ਰਹੇ ਨੇ। ਉਸ ਸਮੇਂ ਲੋਕਾਂ ਨੇ 60-70% ਦੇ ਘਾਟੇ ਉੱਤੇ ਇਹ ਨੋਟਬੰਦੀ ਵਾਲੇ ਨੋਟ ਵੇਚੇ। ਇਸ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਸੰਨ 1954 ਵਿੱਚ 1000, 5000 ਤੇ 10000 ਦੇ ਨਵੇਂ ਨੋਟ ਜਾਰੀ ਕੀਤੇ ਗਏ, ਪਰ ਜਨਤਾ ਪਾਰਟੀ ਨੇ ਕਾਲੇ ਧਨ ਉੱਤੇ ਕਾਬੂ ਪਾਉਣ ਲਈ ਛੇਤੀ ਹੀ ਦੂਜੀ ਵਾਰ ਸੰਨ 1978 ਵਿੱਚ 1000, 5000 ਤੇ 10000 ਦੇ ਇਹ ਨੋਟ ਬੰਦ ਕਰ ਦਿੱਤੇ। ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਸਨ। ਇਸ ਤੋਂ ਬਾਅਦ ਸੰਨ 1996 ਵਿੱਚ ਨਵੇਂ ਨੋਟ ਜਾਰੀ ਕੀਤੇ ਗਏ, ਜਿਨ੍ਹਾਂ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਛਾਪੀ ਗਈ। ਭਾਰਤ ਵਿੱਚ ਤੀਜੀ ਵਾਰ 8 ਨਵੰਬਰ ਸਾਲ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਦੇ ਨੋਟ ਬੰਦ ਕਰ ਨੋਟਬੰਦੀ ਕੀਤੀ ਤੇ 200, 500 ਤੇ 2000 ਦੇ ਨਵੇਂ ਨੋਟ ਜਾਰੀ ਕੀਤੇ। 8 ਨਵੰਬਰ 2016 ਕੀ ਰਾਤਰੀ ਕੋ 12 ਵਜੇ ਸੇ ਵਰਤਮਾਨ ਮੇਂ ਜਾਰੀ 500 ਰੁਪਏ ਔਰ 1000 ਰੁਪਏ ਕੇ ਕਰੰਸੀ ਨੋਟ ਲੀਗਲ ਟੈਂਡਰ ਨਹੀਂ ਰਹੇਗੇ। ਕੌਮੀ ਅਰਥਚਾਰੇ ਵਿੱਚ ਕਾਲੇ ਧਨ ਦੇ ਪ੍ਰਚਲਨ ਨੂੰ ਠੱਲਣ ਤੇ ਜਾਲੀ ਨੋਟਾਂ ਦੀ ਭਰਮਾਰ ਰੋਕਣ ਲਈ ਇਹ ਕਦਮ ਚੁੱਕਿਆ ਗਿਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਦਮ ਭਾਰਤ ਲਈ ਕੋਈ ਜ਼ਿਆਦਾ ਸਾਰਥਕ ਨਾ ਸਾਬਤ ਹੋ ਸਕਿਆ। ਸਾਲ 2016 ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਕੁੱਲ 16,98,450 ਕਰੋੜ ਰੁਪਏ ਦੇ ਨੋਟ ਸਨ, ਜਿਨ੍ਹਾਂ ਵਿੱਚੋਂ 500 ਤੇ 1000 ਰੁਪਏ ਦੇ 14,95,000 ਕਰੋੜ ਨੋਟ ਸਨ। 500 ਦੇ ਕੁੱਲ 8,25,000 ਕਰੋੜ ਤੇ 1000 ਦੇ ਕੁੱਲ 6,79,000 ਕਰੋੜ ਨੋਟ ਸਨ।
10 दिसंबर तक 12,44,000 करोड़ रुपए के करीब नोट बैंकों में आ चुके सन। लगभग 85% काला धन विदेशी बैंकों में जमा है, जिसनू के मोदी सरकार भारत वापस लियाउण विच असमर्थ रही है। मोदी सरकार की इस कारगुजारी उत्ते खोदिया पहाड़ निकली चूहिया वाली कहावत पूरी टुकदी है। इस नोटबंदी ने आम जन जीवन बहुत प्रभावित किया। आम जनता नू बैंकां दीआं कतारां विच टुप्पे कई कई घंटे खड़े रह के पैसे बदलवाने पे। उन्हां दिनां विच आम ही लाइनां विच खड़े लोकां दीआं मौत वर्गियां मंदभागियां खबरां सुणन नू मिलियां। मोदी सरकार अज तक यह नहीं दस सकी कि उन्हां दी इस नोटबंदी ने किन्ना काला धन वापस बैंकां विच लियांदा। कुल मिला के जे इन्हां 3 बार होईयां नोटबंदियां दी गल करिए तो यही कहा जा सकता है कि इस नाल अमीरां द्वारा इकट्ठा किया गया काला धन तां बाहर कित्थे निकलिया, उल्टा आम लोकां नूं मुसीबतां दा सामना करना पिया ते नुकसान झलदियां इस दी वड्डी कीमत तारनी पई। ब्यूरो रिपोर्ट, सिक टीवी।